ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਤੁਹਾਡਾ ਮੇਜ਼ਬਾਨ ਅਸ਼ਿਕ ਗੁਜਰ। ਤੁਸੀਂ ਵੇਖ ਰਹੇ ਜੀ ਗੁਜਰ ਟੀ ਵੀ ਅਰਿਫਵਾਲਾ, ਹਰ ਰੋਜ਼ ਬਿਹਤਰੀਨ ਅਤੇ ਆਲਾ ਕੁਆਲਿਟੀ ਜਨਰਲ ਲੈ ਕੇ ਦੋਸਤਾਂ ਵਿੱਚ ਹਾਜ਼ਰ ਹੋਈਦਾ। ਇੱਕ ਮੱਝ ਫੋਰ ਸੇਲ ਆ, ਬਕਾਇਆ ਦੋਸਤਾਂ ਨੂੰ ਸ਼ੌਕ ਨਾਲ ਵਿਖਾਵਾਂਗੇ। ਇਹ ਬੂਰੀ ਮੱਝ ਆ, ਇਹ ਬੋਛੀ ਰੁੜਕੀ ਬੂਰੇ ਰੰਗ ਦੀ ਆ। ਮਾਲਕ ਤਾਂ ਦੂਸਰਾ ਆਉਂਦੇ, ਲੇਕਿਨ ਤੀਸਰਾ ਸੂਆ ਆਏਗੀ। ਹੱਡੀ ਮੱਝ ਨੂੰ, ਥਣ ਮੱਝ ਨੂੰ, ਬੱਚਾ ਮੱਝ, ਤਕਰੀਬਨ 20 ਦਿਨ ਹੋ ਗਏ ਇਸ ਗੱਲ ਦੀ ਜਨਮਨ ਗਰੰਟੀ ਵਾਲੀ। ਅੱਖੋਂ ਦੇਖਿਆ ਹਾਲ ਆ, ਹਾਂਜੀ, ਅੱਖਾਂ ਨਾਲ ਦੇਖਿਆ ਹੋਇਆ ਕਿ ਬੱਚਾ ਮੱਝ ਜਨਮਨ ਸੂਈ ਸੀ, 20 ਦਿਨ ਹੋਏ ਸੂਈ ਨੂੰ, ਬੱਚਾ ਤਾਂ ਮਰ ਗਿਆ। ਹਾਜ਼ਰ ਟਾਈਮ ਆ 1:12 ਕਿਲੋ ਦੁੱਧ ਦਾ, ਸੁਬਹਾ ਸੁਬਹਾ ਟਾਈਮ ਜਿਸ ਟਾਈਮ ਅਸੀਂ ਵੀਡੀਓ ਬਣਾਈ ਹੈ। ਅੱਖੋਂ ਦੇਖਾ ਹਾਲ ਆ, ਚਵਾ ਦੀ, ਥਣਾਂ ਦੀ, ਵਾਧੇ ਘਾਟੇ ਦੀ, ਹਰ ਤਰ੍ਹਾਂ ਦੀ ਇਨਸ਼ਾਅੱਲਾ ਤਸੱਲੀ ਗਰੰਟੀ ਹੋਏਗੀ। ਬੁਰੀ ਮਾਈ ਦੂਸਰਾ, ਤੀਸਰਾ ਸੂਆ 12 ਕਿਲੋ ਦੁੱਧ ਦਾ, ਜਿਹੜੀ ਮਾਲਕ ਡਿਮਾਂਡ ਕਰਦੇ ਪਏ 4.5 ਲੱਖ ਰੁਪਈਆ। 4 ਲੱਖ ਦਾ ਮਾਲਕਾਂ ਦਾ ਦੇਣ, ਵੇਚਣ ਦਾ ਡਿਮਾਂਡ 4.5 ਕਰਦੇ ਪਏ। ਮੱਝ ਪੂਰੀ ਹੈ, ਸਿਰ ਸੁਰ ਬੜਾ ਸੋਹਣਾ, ਧੁੰਨੀ ਕੁੜੀ ਤੋਂ ਸਾਫ, ਸਾਰੀਆਂ ਮਹੀਂ ਚੰਗੀਆਂ, ਲੇਕਿਨ ਇਹ ਮੱਝ ਦੀ ਖੂਬਸੂਰਤੀ ਕੁਝ ਜ਼ਿਆਦਾ। ਦੂਸਰੀਆਂ ਮੱਝਾਂ ਦੋਸਤਾਂ ਨੂੰ ਸ਼ੌਕੀਆ ਦਿਖਾਉਣੀਆਂ, ਸਾਰੀਆਂ ਸ਼ੌਕ ਨਾਲ ਰੱਖੀਆਂ ਦੋਸਤਾਂ। ਨੀਲੀ ਦਾ ਇਲਾਕਾ, ਦਾਗ ਬੁੱਛ, ਸਾਰੀਆਂ ਮੈਨੂੰ ਸੋਹਣੇ ਸੋਹਣੇ ਪਾਏ ਹੋਏ। ਮੱਝਾਂ ਦੀ ਨਸਲ ਜ਼ਾਤ ਕੁਆਲਿਟੀ ਦੋਸਤਾਂ ਨੇ ਆਪ ਵੇਖ ਲੈਣੀ। ਖੂਬਸੂਰਤ ਮੱਝਾਂ ਨੀਲੀ 'ਤੇ ਪਾਈਆਂ ਜਾਂਦੀਆਂ ਹਮੇਸ਼ਾ ਹੀ। ਮਾਈ ਦੀ ਹਰ ਮਾਈ ਤਸੱਲੀ ਗਰੰਟੀ ਵਾਲੀ ਹੈ। ਦੂਸਰੀ ਮੱਝ ਸਿਰਫ ਇੱਕੋ ਮੱਝ ਫੋਰ ਸੇਲ ਆ, ਦੂਸਰੀ ਮੱਝਾਂ ਸ਼ੌਕੀਆ ਵਾ ਦਿਖਾ ਰਹੇ ਦੋਸਤਾਂ ਨੇ। ਮਿਣੀ ਮੱਝ, ਹੱਡੀ, ਖੁੱਡਾ, ਦੋਸਤ ਸ਼ੌਕ ਤਾਂ ਕਰਦੇ ਫਿਰਦੇ, ਹਰ ਬੰਦਾ ਹੀ ਤਾਰੀਫ ਕਰਦਾ, ਲੇਕਿਨ ਇਨਸ਼ਾਅੱਲਾ ਜਿਹੜੀ ਦੀ ਕਰਾਂਗੇ ਉਹ ਇਨਸ਼ਾਅੱਲਾ ਪੂਰੀ ਮੱਝ ਹੋਏਗੀ ਜਿਹੜੀ ਵਿਖਾਵਾਂਗੇ। ਹਰ ਬੰਦੇ ਦੀ ਮਿਹਨਤ ਆ, ਲੇਕਿਨ ਚੈਨਲ ਵਾਲੇ ਦੀ ਮਿਹਨਤ ਆ, ਲੇਕਿਨ ਜਿਹੜਾ ਬੰਦਾ ਮਾਲ ਰੱਖ ਕੇ ਆਪਣੀ ਸੰਭਾਲਦਾ ਉਹਨਾਂ ਨੇ ਸਲੂਟ ਆ। ਅਸਾਂ ਸਿਰਫ ਖਾਲੀ ਕੈਮਰਾ ਘੁਮਾਉਣਾ ਵਾ, ਲੇਕਿਨ ਇਹ ਉਹਨਾਂ ਦੋਸਤਾਂ ਦੀ ਮਿਹਨਤ ਆ, ਕਾਵਿਸ਼ ਆ, ਕਿ ਜਿਹੜਾ ਦੋਸਤ ਇਹਨਾਂ ਨਾਲ ਮਾਲ ਰੱਖ ਕੇ ਆਪਣੇ ਕਿਸੇ ਵੀ ਤਰੀਕੇ ਨਾਲ ਇਹਨਾਂ ਨਾਲ ਪੂਰੇ ਆਉਂਦੇ। ਇਹਨਾਂ ਦਾ ਜ਼ਰੀਆ ਮਾਸ਼ ਹੀ ਇਹ ਆ ਕਿ ਆਪਣੇ ਮਾਲ ਸਾਂਭਦੇ ਆ, ਸਾਰਾ ਕੁਛ ਲੈਣ ਦੇਣ ਸਿਸਟਮ ਸੀਨ ਇੱਥੇ ਚੱਲਦਾ ਉਹਨਾਂ ਦਾ। ਮੱਝਾਂ ਪਿਓਰ ਨੀਲੀ ਦੀਆਂ ਵਿਖਾਈ ਦੀਆਂ, ਲੇਕਿਨ ਜਿਹੜੇ ਘਰ ਚੰਗੀਆਂ ਰੱਖਦੇ ਆ ਉਹਨਾਂ ਨੂੰ ਸਲਾਮ ਆ, ਸਲੂਟ ਆ। ਇਹ ਵੀ ਬੰਦੇ ਨੇ ਬੜੇ ਬੜੇ ਸ਼ੌਕ ਨਾਲ ਮੱਝ ਰੱਖੀ ਹੈ। ਇਹ ਝੋਟੀ ਹੁਣ ਐਡੀ ਕੋਈ ਲੱਭਦੀ ਹੈ, ਪਹਿਲਾਂ ਸੂਈ ਦੂਸਰੇ ਵਾਸਤੇ ਇਹਨੇ ਸੋਣਾ, ਹੁਣ ਐਡੀ ਵੱਡੀ ਮੱਝ ਹੀ ਨਹੀਂ ਲੱਭਦੀ। ਬੜਾ ਵੱਡਾ ਕੱਦ, ਪਿੱਛੋਂ ਮੱਝ ਉੱਠਦੀ, ਅੱਗੋਂ ਮੱਝ ਲਾਊਗਾ, ਹੱਡੀ ਇੱਕ ਵਿਚਾਰ ਵਾਲੀ ਕਿੰਡੀ ਉੱਠਦੀ। ਸਾਰੀਆਂ ਮਹੀਂ ਇੱਕ ਦੂਜੇ ਤੋਂ ਵਾਧੂ, ਸਾਡੀ ਵੀ ਮਿਹਨਤ ਆ ਕਿ ਦੋਸਤਾਂ ਨੂੰ ਆਪਣੇ ਕੰਮ ਵਾਸਤੇ ਨਿਕਲਨੇ ਆ, ਮੱਝਾਂ ਖਰੀਦਣ ਵਾਸਤੇ, ਅਤੇ ਦੋਸਤਾਂ ਨਾਲ ਨਾਲ ਸ਼ੌਕ ਪੂਰਾ ਕਰਾਉਂਦੇ ਹਾਂ। ਅਸੀਂ ਉਹਨਾਂ ਦੋਸਤਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੋਸਤਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ, ਯਾਰਾਂ ਦੋਸਤਾਂ ਨਾਲ ਸ਼ੇਅਰ ਕਰਦੇ ਆ, ਸਾਨੂੰ ਆਪਣਾ ਕਮੈਂਟ ਕਰਕੇ ਰਾਏ ਦਿੰਦੇ ਆ। ਇੱਕ ਅਗਲੀ ਤਾਂ ਨਵੀਂ ਬਿਹਤਰੀਨ ਵੀਡੀਓ ਫਿਰ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।